ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਲਓ ਦੁਆਬਾ ਟਾਈਮਸ। ਕਪੂਰਥਲਾ ਦੇ ਪਿੰਡ ਔਜਲਾ ਵਿਖੇ ਮਾਘੀ ਦਾ ਸ਼ੁਭ ਦਿਹਾੜਾ ਗੁਰਦੁਆਰਾ ਡੇਰਾ ਬਾਬਾ ਸਿੱਧ ਵਜ਼ੀਰ ਜੀ ਵਿਖੇ ਸ਼ਰਧਾ ਪੂਰਵਕ ਧੂਮਧਾਮ ਨਾਲ ਮਨਾਇਆ ਗਿਆ। ਸ਼੍ਰੀ ਅਖੰਡ ਸਾਹਿਬ ਜੀ ਦੇ ਭੋਗ ਉਪਰੰਤ ਕੀਰਤਨੀ ਢਾਡੀ ਦਰਬਾਰ ਸਜਾਏ ਗਏ ਅਤੇ ਸੰਗਤਾਂ ਵਿੱਚ ਟੁੱਟ ਲੰਗਰ ਵਰਤਾਏ ਗਏ। ਦੁਪਹਿਰ ਦੇ 3 ਵਜੇ ਤੋਂ 5 ਵਜੇ ਤੱਕ ਕੁਸ਼ਤੀਆਂ ਦੇ ਮੁਕਾਬਲੇ ਕਰਾਏ ਗਏ। ਬਿਊਰੋ ਰਿਪੋਰਟਸ, ਰਵੀ ਕੁਮਾਰ ਅਤੇ ਗੁਰਪ੍ਰੀਤ ਬਲ, ਦੁਆਬਾ ਟਾਈਮਸ। हम अवगुण परे एक गुण नाही, अमृत शाद बिखै बिखाई, माया मोह परम पै भूले। शुद्ध दादा श्योदास पाठ कीरत की, गुर रामदास रखोस रणाई। मैं मूर्ख की केतक बात है, कोट पराधी दरिया रे। गुर नानक जिन सुनिया पेखिया, से फिर गर्भाषणा परिया रे। ਗੁਰਗੱਦੀ ਤੇ ਬਿਰਾਜਮਾਨ ਰਹਿਮਤਾਂ ਦੇ ਸਾਗਰ, ਬਾਣੀ ਦੇ ਭਰਪੂਰ ਪਿਆਰ ਦੇ ਮੁਜਸਮੇ। ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਨਿਓਟਿਆਂ ਦੀ ਓਟ ਹਜ਼ੂਰੇ ਅਨਵਰ ਵਾਲੀਏ ਕੁਲ ਆਲਮ ਆਦ ਸਤਿਗੁਰੂ, ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿਨਾਂ ਦੀ ਪਾਵਨ ਗੋਦ ਅੰਦਰ ਜੁੜ ਬੈਠੇ ਸਜ ਬੈਠੇ ਸਤਸੰਗੀ ਜਨੋ, ਆਓ ਜੀ ਸਾਡੀ ਤੇ ਤੁਹਾਡੀ ਹਾਜ਼ਰੀ ਸਾਹਿਬ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਮੁਕਤਸਰ ਸਾਹਿਬ ਦੀ ਧਰਤੀ ਦੇ ਉਹਨਾਂ 40 ਸ਼ਹੀਦ, ਉਹਨਾਂ 40 ਮੁਕਤਿਆਂ ਦੀ ਯਾਦ ਦੇ ਅੰਦਰ ਜੋ ਜੁੜ ਕੇ ਬੈਠੇ ਆ, ਉਹਨਾਂ ਦੇ ਪਾਵਨ ਚਰਨਾਂ ਵਿੱਚ ਸਾਡੀ ਹਾਜ਼ਰੀ ਲੱਗ ਜਾਵੇ। ਸਾਹਿਬ ਸਤਿਗੁਰੂ ਦਸਵੇਂ ਗੁਰੂ ਨਾਨਕ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਹੁਕਮ ਕਰਦੇ ਆ, ਕਹਿੰਦੇ ਸਿੱਖਾ ਯਾਦ ਰੱਖੀ ਆਗੇ ਆਵਤ ਵਾਹਿਗੁਰੂ ਜੀ ਕੀ ਫਤਿਹ। ਬੜੇ ਪਿਆਰ ਦੇ ਨਾਲ ਝੁਕਾਈਏ ਸੀਸ, ਅਦਬ ਸਹਿਤ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਜੀ ਨੇ ਅਪਾਰ ਬਖਸ਼ਿਸ਼ਾਂ ਕਰਕੇ, ਰਹਿਮਤਾਂ ਕਰਕੇ, ਮਾਘੀ ਦੇ ਪਾਵਨ ਦਿਹਾੜੇ ਤੇ ਰਲ ਮਿਲ ਜੁਲ ਕਰਕੇ ਆਪਣੀ ਗੋਦ ਅੰਦਰ ਬੈਠਣ ਦੀਆਂ ਸਾਨੂੰ ਸਭਨਾਂ ਨੂੰ ਇਹ ਸੁਭਾਗੀਆਂ ਘੜੀਆਂ ਬਖਸ਼ਿਸ਼ ਕੀਤੀਆਂ ਨੇ। ਕਹਿੰਦੇ ਘੜੀ ਘੜੀ ਅੰਦਰ ਲੱਖਾਂ ਦਾ ਫੇਰ ਹੁੰਦਾ, ਹੋਈਆਂ ਜੱਗ ਉੱਤੇ ਬੇਸ਼ੁਮਾਰ ਘੜੀਆਂ। ਇੱਕ ਘੜੀ ਚੋ ਗੁੜ ਤੇ ਟਾਈਮ ਦੱਸੇ ਤੇ ਇੱਕ ਮਿਲਦੀਆਂ ਪਾਸ ਘੁਮਿਆਰ ਘੜੀਆਂ। ਐ ਪਰ ਐਸ ਸੁਲੱਖਣੀ ਘੜੀ ਉੱਤੋਂ ਵਾਰਦਿਆਂ ਮੈਂ ਲੱਖ ਹਜ਼ਾਰ ਘੜੀਆਂ। ਉਹ ਘੜੀ ਜਿਹੜੀ ਘੜੀ ਗੁਰੂ ਦੀ ਗੋਦ ਵਿੱਚ ਲੰਘਦੀ ਹੈ, ਗੁਰੂ ਦੀ ਯਾਦ ਅੰਦਰ ਲੰਘਦੀ ਹੈ, ਸਤ ਸੰਗਤ ਕਰਦਿਆਂ ਲੰਘਦੀ ਹੈ, ਆਪ ਸਮੁੱਚੀਆਂ ਸੰਗਤਾਂ ਨੂੰ ਮਾਘੀ ਦੇ ਪਾਵਨ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ। ਗੁਰ ਇਤਿਹਾਸ ਗੁਰ ਵਿਚਾਰਾਂ ਦੇ ਨਾਲ ਜੁੜਨ ਦਾ ਯਤਨ ਕਰਨਾ ਆਪਾਂ ਸਭਨਾਂ ਨੇ, ਤਾਂ ਜੋ ਜਿੱਥੇ ਸਰੀਰ ਕਰਕੇ ਜੁੜਿਆ ਉੱਥੇ ਮਨ ਕਰਕੇ ਜੁੜ ਜਾਈਏ, ਸੱਚ ਕਰਕੇ ਜਾਣਿਆ ਜੇ ਸੰਗਤ ਦੀ ਇਤਿਹਾਸ ਕੌਮ ਦੀ ਜਿੰਦ ਅਤੇ ਜਾਮ ਹੋਇਆ ਕਰਦੇ ਹੈ। ਤੇ ਜਿਹੜੀਆਂ ਕੌਮਾਂ ਆਪਣੇ ਵੱਡ ਵਡੇਰਿਆਂ ਦੀਆਂ ਕਰਨੀਆਂ ਤੇ ਕੁਰਬਾਨੀਆਂ ਨੂੰ ਭੁਲਾ ਦਿੰਦੀਆਂ, ਉਹ ਕੌਮਾਂ ਫਿਰ ਬਹੁਤੀ ਦੇਰ ਤੱਕ ਕਾਇਮ ਨਹੀਂ ਰਹਿੰਦੀਆਂ। ਕਿਸੇ ਸਤਿਪੁਰਸ਼ ਨੇ ਕਿਹਾ, ਕਹਿੰਦਾ ਇਹ ਯਾਦ ਰੱਖਿਓ, ਜਿਹੜੀਆਂ ਕੌਮਾਂ ਆਪਣੇ ਕੋਲੋਂ ਸ਼ਸਤਰਾਂ ਨੂੰ, ਗੁਰਬਾਣੀ ਨੂੰ ਤੇ ਖਾਲਸਾ ਦੀ ਇਤਿਹਾਸ ਨੂੰ ਵੱਖ ਕਰ ਲੈਂਦੀਆਂ, ਉਹਨਾਂ ਕੌਮਾਂ ਨੂੰ ਹਕੂਮਤ ਦੀ ਗੁਲਾਮ ਬਣਾਉਣਾ ਬਹੁਤ ਆਸਾਨ ਹੋ ਜਾਂਦਾ। ਹੁਣ ਇਤਿਹਾਸ ਨੂੰ ਪੜ੍ਹੀਏ, ਸਾਡਾ ਇਤਿਹਾਸ ਗਵਾਹੀ ਦਿੰਦਾ ਕਿ ਸਿੱਖੀ ਇਹ ਗੁਰੂ ਨਾਨਕ ਸਾਹਿਬ ਤੋਂ ਉਤਪੰਨ ਹੋਈ ਹੈ। ਤੇ ਜਦੋਂ ਤੋਂ ਉਤਪੰਨ ਹੋਈ ਹੈ, ਸਮੇਂ ਸਮੇਂ ਦੀਆਂ ਸਰਕਾਰਾਂ, ਮਾੜੀਆਂ ਹਕੂਮਤਾਂ ਨੇ ਸਾਨੂੰ ਢਾਹ ਲਾਉਣ ਵਾਸਤੇ ਬੇਅੰਤ ਚਾਲਾਂ ਚੱਲੀਆਂ, ਪਰ ਸਿੱਖੀ ਹੋਰ ਨਿਕਲ ਕੇ ਸਾਹਮਣੇ ਆਈ। ਮਨੂ ਸਾਡੀ ਦਾਤਰੀ, ਅਸੀਂ ਮਨੂ ਦੇ ਸੋਏ, ਮਨੂ ਜਿਉਂ ਜਿਉਂ ਸਾਨੂੰ ਵਰਦਾ, ਅਸੀਂ ਦੂਣ ਸਵਾਏ ਹੋਏ। ਅੱਜ ਜਦੋਂ ਕੋਈ ਪ੍ਰਚਾਰਕ ਜਾਂ ਕੋਈ ਸਤਿਪੁਰਸ਼ ਮਹਾਂਪੁਰਸ਼ ਸ਼ਸਤਰ ਰੱਖਣ ਦੀ ਗੱਲ ਕਰਦਾ ਨਾ, ਤੇ ਬੜਿਆਂ ਦੇ ਮਨ ਦਾ ਇੱਕ ਵਹਿਮ ਹੁੰਦਾ। ਜਾਂ ਅੱਜ ਕੱਲ੍ਹ ਆਪਾਂ ਅਕਸਰ ਹੀ ਜਦੋਂ ਕਿਸੇ ਨੂੰ ਕਹਿ ਦੇਈਦਾ ਭਾਈ ਅੰਮ੍ਰਿਤ ਛਕ ਲੈ, ਉਹ ਇੱਕ ਐਕਸਕਿਊਜ਼ ਕਰ ਦਿੰਦਾ ਜੀ ਅਸੀਂ ਤਾਂ ਗੁਰੂ ਨਾਨਕ ਦੇ ਸਿੱਖ ਹਾਂ, ਨਾ ਗੁਰੂ ਨਾਨਕ ਨੇ ਅੰਮ੍ਰਿਤ ਛਕਿਆ, ਨਾ ਗੁਰੂ ਨਾਨਕ ਨੇ ਸ਼ਸਤਰ ਰੱਖੇ, ਨਾ ਸਾਨੂੰ ਅੰਮ੍ਰਿਤ ਛਕਣ ਦੀ ਲੋੜ ਹੈ, ਨਾ ਸ਼ਸਤਰ ਰੱਖਣ ਦੀ ਲੋੜ ਹੈ। ਪਹਿਲਾਂ ਮੈਂ ਤੁਹਾਡਾ ਡਾਊਟ ਕਲੀਅਰ ਕਰਦੇ ਹਾਂ। ਧੰਨ ਗੁਰੂ ਨਾਨਕ ਸਾਹਿਬ ਦੀ ਪਾਵਨ ਜੋਤ ਦਸਾਂ ਜਾਮਿਆਂ ਵਿੱਚੋਂ ਵਿਚਰਦੀ,
ਆਦਿ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਦੇ ਪਾਵਨ ਰੂਪ ਵਿੱਚ ਪ੍ਰਗਟ ਹੋਈ ਹੈ। ਤੇ ਦੂਜਾ ਜੇ ਇਤਿਹਾਸ ਨੂੰ ਪੜ੍ਹੀਏ ਇਤਿਹਾਸਕਾਰ ਗਵਾਹੀ ਦਿੰਦੇ ਆ ਕਿ ਆਸਾ ਹੱਥ ਕਿਤਾਬ ਕਸ਼, ਇਹ ਗੁਰੂ ਨਾਨਕ ਸਾਹਿਬ ਦਾ ਜ਼ਿਕਰ ਹੋ ਰਿਹਾ ਕਿ ਗੁਰੂ ਨਾਨਕ ਸਾਹਿਬ ਦੇ ਕਸ਼ ਕਿਤਾਬ ਦੇ ਹੱਥ ਵਿੱਚ ਆਸਾ। ਹੁਣ ਕਿਤਾਬ ਤੇ ਬੱਚਾ ਬੱਚਾ ਜਾਣਦਾ ਕਿ ਕਹਿੰਦੇ ਕਿਹਨੂੰ ਹੈ, ਪਰ ਜਿਹੜਾ ਆਸਾ ਇਹ ਡੰਡੇ ਨੂੰ ਕਿਹਾ ਜਾਂਦਾ ਹੈ। ਇੱਕ ਵਾਰ ਭਾਈ ਮਰਦਾਨਾ ਜੀ ਪੁੱਛਦੇ ਹੈ, ਐ ਬਾਬਾ ਨਾਨਕਾ ਜਿਹੜੀ ਤੇਰੇ ਕੋਲ ਕਿਤਾਬ ਹੈ ਮੈਂ ਜਾਣਦਾ ਆਪ ਜੀ ਇਹਦੇ ਵਿੱਚ ਧੁਰ ਤੋਂ ਆਈ ਬਾਣੀ ਲਿਖਦੇ ਹੋ, ਪਰ ਕਿਰਪਾ ਕਰਕੇ ਦੱਸੋ ਆਪ ਜੀ ਦੇ ਹੱਥ ਵਿੱਚ ਪਕੜਿਆ ਇਹ ਖਾਲਸਾ ਜੀ ਹਜ਼ੂਰ ਕਲਗੀ ਤੇਰੇ ਪਾਤਸ਼ਾਹ ਮਹਾਰਾਜ ਨੇ ਖਾਲਸੇ ਦੀਆਂ ਆਨਾ ਸ਼ਾਨਾ ਚੜ੍ਹਨਾ ਪੜ੍ਹਨਾ ਕਾਇਮ ਰੱਖਣ ਵਾਸਤੇ ਅਨੰਦਪੁਰ ਦੀ ਧਰਤੀ ਨੂੰ ਹੀ ਜਾਂ ਰਾਜ ਕਰਾਇਆ। ਜਿਹੜਾ ਕਦੇ ਹਜ਼ੂਰ ਦੀਆਂ ਦੇ ਸੀਸ ਤੇ ਆਪਣੀ ਸੁਣ ਵਿੱਚ ਚੌਲ ਪਾ ਕੇ ਚੌਲ ਕਰਦਾ, ਕਦੇ ਸੁਣ ਵਿੱਚ ਗੱਲ ਪਾ ਕੇ ਹਜ਼ੂਰ ਦੇ ਚੰਨ ਨੂੰ ਆਉਂਦਾ ਸੀ, ਤੇ ਜਦੋਂ ਕਿਤੇ ਪਾਤਸ਼ਾਹ ਨੇ ਤੀਰ ਚਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਤਾਂ ਸਾਡਾ ਬਾਜੀ ਸਲਾਨਾ ਮੇਲਾ ਆ, ਮਾਘੀ ਦਾ ਮੇਲਾ, ਤਕਰੀਬਨ ਸਾਡੀ ਉਮਰ ਤੋਂ ਵੱਧ ਜੋ ਮਹਾਂਪੁਰਸ਼ ਸੰਤ ਬਾਬਾ ਪ੍ਰੀਤਮ ਦਾਸ ਜੀ ਨੇ ਇਹ ਜੋ ਮੇਲਾ ਆਰੰਭ ਕੀਤਾ ਸੀ, ਅੱਜ ਉਸ ਮੇਲੇ ਦੇ ਸੰਬੰਧ ਦੇ ਵਿੱਚ ਬੜੇ ਹੀ ਸਾਲਾਂ ਤੋਂ ਜੋ ਸਾਡੀ ਆ ਪ੍ਰਬੰਧ ਕਮੇਟੀ ਹੈ, ਮੇਰੇ ਨੌਜਵਾਨ ਵੀਰ ਮੇਰੇ ਨਾਲ ਖੜੇ ਆ, ਲੰਗਰ ਦਾ ਪ੍ਰਬੰਧ ਚੱਲਦਾ ਹੈ, ਬਹੁਤ ਹੀ ਸਾਲਾਂ ਤੋਂ ਚੱਲ ਰਿਹਾ ਜੀ। ਚਾਹਾਂ ਦੇ ਲੰਗਰ, ਕੌਫੀ ਦੇ ਲੰਗਰ, ਕਿਤੇ ਮਟਰ ਪਨੀਰ, ਕਿਤੇ ਜਲੇਬੀਆਂ ਦੇ ਲੰਗਰ, ਮੇਰੇ ਵੀਰ ਵੱਧ ਤੋਂ ਵੱਧ ਐਨ ਆਰ ਆਈ ਵੀਰ ਜਿਹੜੇ ਆ ਜੋ ਖਾਸ ਕਰਕੇ ਬਾਹਰੋਂ ਸਾਨੂੰ ਬਹੁਤ ਸੇਵਾਵਾਂ ਭੇਜਦੇ ਆ, ਔਰ ਅੱਜ ਸਾਡੇ ਮੇਲੇ ਵਿੱਚ ਵੀ ਹਾਜ਼ਰ ਆ, ਅਸੀਂ ਬਹੁਤ ਧੰਨਵਾਦੀ ਹਾਂ, ਕਿਉਂਕਿ ਇਹ ਜੋ ਮੇਲਾ ਆ ਇਹ ਸਾਰੀ ਨਗਰ ਦੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਅਸੀਂ ਚਲਾ ਰਹੇ ਹਾਂ। ਨਗਰ ਦੀ ਸੇਵਾ ਜਿੰਨੇ ਵੀ ਮੇਰੇ ਵੀਰ ਖੜੇ ਆ, ਇੱਕ ਮੇਰੇ ਵੀਰ ਸੇਵਾ ਕਰਦੇ ਵੀ ਪਏ ਆ, ਔਰ ਬਾਹਰ ਦੀਵਾਨ ਵੀ ਲੱਗਾ ਹੋਇਆ ਬਹੁਤ ਹੀ ਵਧੀਆ ਸੁਚੱਜੇ ਢੰਗ ਦੇ ਨਾਲ, ਪੱਕਾ ਪਕੌੜਿਆਂ ਦੇ ਲੰਗਰ, ਕੌਫੀ ਦੇ ਲੰਗਰ, ਪ੍ਰਸ਼ਾਦਿਆਂ ਦੇ ਲੰਗਰ, ਜਲੇਬੀਆਂ ਦੇ ਲੰਗਰ ਵੀ ਚੱਲਦੇ ਪਏ ਆ, ਔਰ ਬੜੇ ਹੀ ਸ਼ਰਧਾ ਦੇ ਨਾਲ ਹਰ ਸਾਲ ਇਹ ਜੋ ਅਸੀਂ ਲੰਗਰ ਚਲਾਉਂਦੇ ਹਾਂ। ਉਸ ਤੋਂ ਉਪਰੰਤ ਦੀਵਾਨ ਤੋਂ ਉਪਰੰਤ ਜੋ ਵੀ ਹੈ ਸਾਡੇ ਜੋ ਕੁਸ਼ਤੀ ਮੇਲਾ ਹੁੰਦਾ, ਬਹੁਤ ਹੀ ਵਧੀਆ ਕੁਸ਼ਤੀਆਂ ਜਿਹਨਾਂ ਦੇ ਵਿੱਚ ਬੜੇ ਬੜੇ ਪਹਿਲਵਾਨ ਸੰਝ ਮੇਲੇ 'ਚ ਹਾਜ਼ਰ ਹੁੰਦੇ ਆ, ਉਹਨਾਂ ਦੀ ਸੇਵਾ ਜੋ ਹੈ ਗੋਲਡ ਦੀ ਸੇਵਾ, ਉਹ ਸੁਖਵਿੰਦਰ ਸਿੰਘ ਸਨ ਅਵਤਾਰਾ ਸਿੰਘ, ਉਹ ਮੇਰਾ ਖਿਆਲ ਤਕਰੀਬਨ 25-26 ਸਾਲ ਤੋਂ ਉਹ ਗੋਲਡ ਦੀ ਸੇਵਾ ਕਰਦੇ ਆ ਔਰ ਕਰਦੇ ਆਉਂਦੇ ਆ, ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦੀ ਹਾਂ, ਔਰ ਦਿੱਲੀ ਵੀ ਸੰਗਤ ਆ ਬਹੁਤ ਵੱਧ ਚੜ੍ਹ ਕੇ ਸੇਵਾ ਕਰਦੀ ਆ, ਔਰ ਇਹ ਬਹੁਤ ਹੀ ਵੱਡਾ ਇਤਿਹਾਸਕ ਗੁਰਦੁਆਰਾ ਹੈ, ਬਹੁਤ ਹੀ ਸਖ਼ਤ ਬਾਬਾ ਜੀ ਦੀ ਇਹ ਜੋ ਸਮਾਧ ਆ, ਜੋ ਜਗ੍ਹਾ ਹੈ ਬਹੁਤ ਸਖ਼ਤ ਹੈ, ਇੱਥੇ ਜੋ ਵੀ ਕੋਈ ਮਾਈ ਭਾਈ ਬੱਚਾ ਨੌਜਵਾਨ ਆਪਣੀ ਸ਼ਰਧਾ ਦੇ ਮੁਤਾਬਕ ਆਪਣੀ ਸੁੱਖਣਾ ਸੁੱਖਦਾ, ਉਹਦੀਆਂ ਸੁੱਖਣਾ ਪੂਰੀਆਂ ਹੁੰਦੀਆਂ, ਤੇ ਉਹ ਆਣ ਕੇ ਕੋਈ ਅਖੰਡ ਪਾਠ ਸਾਹਿਬ ਕਰਾਉਂਦਾ, ਕੋਈ ਕਿਸੇ ਤਰ੍ਹਾਂ ਦਾ ਪਦਾਰਥ ਚੜ੍ਹਾਉਂਦਾ, ਕੋਈ ਕਿਸੇ ਤਰ੍ਹਾਂ ਦੀ ਸੇਵਾ ਕਰਦਾ, ਮਤਲਬ ਬਹੁਤ ਹੀ ਜ਼ਿਆਦਾ ਬਹੁਤ ਹੀ ਵਧੀਆ ਜਿਹਨਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਉਹ ਇੱਥੇ ਆ ਕੇ ਸ਼ਰਧਾ ਦੇ ਨਾਲ ਨਮਸਤਕ ਹੁੰਦੇ ਆ, ਔਰ ਸਾਡੀ ਜੋ ਪ੍ਰਬੰਧ ਕਮੇਟੀ ਆ ਬੜੇ ਹੀ ਚੰਗੇ ਸੁਚੱਜੇ ਢੰਗ ਦੇ ਨਾਲ ਇਹ ਜੋ ਮੇਲਾ ਚਲਾ ਰਹੀ ਆ, ਉਹ ਅਸੀਂ ਉਹਨਾਂ ਦਾ ਵੀ ਧੰਨਵਾਦੀ ਹਾਂ। ਆਹ ਮੇਰੇ ਨੌਜਵਾਨ ਵੀਰ ਖੜੇ ਆ, ਮੇਰੇ ਖੱਬੇ ਤੋਂ ਲੈ ਕੇ ਸੱਜੇ ਤੱਕ ਸਾਰੇ ਮੇਰੇ ਵੀਰ ਇਹ ਸਾਰੇ ਸੇਵਾਦਾਰ ਨੇ, ਜਿਸ ਦਿਨ ਵੀ ਮੇਲੇ ਦੀ ਆਰੰਭਤਾ ਹੁੰਦੀ ਆ, ਅਖੰਡ ਪਾਠ ਸਾਹਿਬ ਆਰੰਭ ਹੁੰਦੇ ਆ, ਉਸ ਦਿਨ ਤੋਂ ਹੀ ਅਸੀਂ ਇਹ ਜਿੰਨੇ ਵੀ ਮੇਰੇ ਵੀਰ ਆ ਇਹ ਦਿਨ ਭਰ ਤਤਪਰ ਤਤ ਹੋ ਕੇ ਬੜੀ ਸ਼ਰਧਾ ਦੇ ਨਾਲ ਸੇਵਾ ਕਰਦੇ ਆ ਔਰ ਕਰਦੇ ਰਹਿਣਗੇ, ਔਰ ਸ਼ਾਮ ਨੂੰ ਸ਼ਰਧੀ ਦਾ ਮੇਲਾ ਹੋਵੇਗਾ, ਉਸ ਤੋਂ ਬਾਅਦ ਇਨਾਮਾਂ ਦੀ ਵੰਡ ਹੋਵੇਗੀ, ਬਾਅਦ ਵਿੱਚ ਜੋ ਵੀ ਸੁਝਾਅ ਹੋਵੇਗਾ ਕਮੇਟੀ ਦਾ ਚੱਲੇਗਾ।
वाहेगुरु जी का खालसा, वाहेगुरु जी की फतेह।